ਸਾਤਰੀਕਾਲ ਜੀ ਪੰਜਾਬ ਮਿਲ ਯੂਐਸਏ ਟੀਵੀ ਪ੍ਰੋਗਰਾਮ ਵਿਰਾਸਤੀ ਪੜਾ ਮੈਂ ਬਰਨ ਕੌਰ ਮਾਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਉਦਾਂ ਤਾਂ ਹੁਣ ਜਿੱਦਾਂ ਗਰਮੀਆਂ ਆ ਜਾਣੀਆਂ ਹਨਾ ਵਿਆਹ ਰੁਕ ਜਾਣੇ ਹੁਣੇ ਹੁਣੇ ਵਿਆਹਾਂ ਦਾ ਸੀਜ਼ਨ ਜਨਵਰੀ ਫਰਵਰੀ ਮਾਰਚ ਬਾਵਾ ਸਾਰੇ ਵਿਆਹ ਹੋ ਗਏ ਅਪ੍ਰੈਲ ਜਿੰਨੇ ਹੋ ਗਏ 15 ਤੱਕ ਠੀਕ ਹੈ ਬਾਅਦ ਚ ਘਟ ਜਾਣੇ ਫਿਰ ਜਾ ਕੇ ਅਕਤੂਬਰ ਨਵੰਬਰ ਦਸੰਬਰ ਵਿਆਹਾਂ ਦਾ ਸੀਜ਼ਨ ਚੱਲਣਾ ਸੋ ਵਿਆਹ ਤਾਂ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੇ ਨੇ ਜੇ ਆਪਾਂ ਪੰਜਾਬ ਦੀ ਵਿਰਾਸਤ ਨੂੰ ਫਰੋਲੀਏ ਤਾਂ ਵੱਖਰੇ ਵੱਖਰੇ ਇਲਾਕਿਆਂ ਦੇ ਹਿਸਾਬ ਦੇ ਨਾਲ ਵਿਆਹ ਦੀਆਂ ਰਸਮਾਂ ਹੁੰਦੀਆਂ ਨੇ ਮੁੰਡੇ ਦੇ ਵਿਆਹ ਦੀਆਂ ਰਸਮਾਂ ਹੋਰ ਹੁੰਦੀਆਂ ਕੁੜੀ ਦੇ ਵਿਆਹ ਦੀਆਂ ਰਸਮਾਂ ਹੋਰ ਹੁੰਦੀਆਂ ਕੁਝ ਰਸਮਾਂ ਆਪਸ ਦੇ ਵਿੱਚ ਮਿਲਦੀਆਂ ਨੇ ਕੁੜੀ ਦੇ ਵਿਆਹ ਤੇ ਸੁਹਾਗ ਗਾਏ ਜਾਣੇ ਮੁੰਡੇ ਦੇ ਵਿਆਹ ਤੇ ਕੁੜੀਆਂ ਗਾਈਆਂ ਜਾਣੀਆਂ ਕੁੜੀ ਨੂੰ ਚੌਂਕੇ ਚਾੜਦੇ ਆ ਜਦੋਂ ਵਿਆਹ ਤੋਂ ਬਾਅਦ ਉਹਨੇ ਕਿਚਨ ਦੇ ਵਿੱਚ ਪ੍ਰਵੇਸ਼ ਕਰਨਾ ਹੁੰਦਾ ਆ ਮੁੰਡੇ ਤੇ ਕੁੜੀ ਨੂੰ ਚੌਂਕੀ ਵੀ ਚਾੜਦੇ ਆ ਚੌਂਕੀ ਚਾੜਨਾ ਹੁੰਦਾ ਜਦੋਂ ਬਟਨਾ ਲੱਗਣਾ ਹੁੰਦਾ ਤੇ ਰਸਮ ਹੁੰਦੀ ਆ ਮਾਈਆਂ ਲੱਗਣ ਦੀ ਟਾਈਮ ਦੇ ਨਾਲ ਅੱਗੇ ਬੜੇ ਜ਼ਿਆਦਾ ਮਿਹਨਤ ਦੇ ਨਾਲ ਬਟਨੇ ਨੂੰ ਤਿਆਰ ਕੀਤਾ ਜਾਂਦਾ ਸੀ ਚੰਗੀ ਤਰ੍ਹਾਂ ਹਲਦੀ ਘੋਲਣੀ ਹਲਦੀ ਦੇ ਵਿੱਚ ਕੇਸਰ ਪਾ ਲੈਣਾ ਤਾਂ ਜੋ ਨਖਾਰ ਆ ਸਕੇ ਅਸਲ 'ਚ ਨਖਾਰ ਲਿਆਉਣ ਦਾ ਇੱਕ ਜ਼ਰੀਆ ਹੁੰਦਾ ਸੀ ਬਟਨਾ ਆਮ ਤੌਰ ਤੇ ਬੇਸਣ ਹੁੰਦਾ ਆ ਬੇਸਣ ਦੇ ਵਿੱਚ ਕਈ ਲੋਕ ਹਲਦੀ ਪਾ ਲੈਂਦੇ ਕਈ ਕੇਸਰ ਪਾ ਲੈਂਦੇ ਸੋ ਸਾਰੇ ਜਣੇ ਆਪਣੇ ਆਪਣੇ ਤਰੀਕੇ ਦੇ ਨਾਲ ਬਟਨੇ ਨੂੰ ਤਿਆਰ ਕਰਦੇ ਆ ਜਿਹੜੀਆਂ ਚੀਜ਼ਾਂ ਖੂਬਸੂਰਤ ਕਰਦੀਆਂ ਹੁੰਦੀਆਂ ਸੀ ਹੁਣ ਤਾਂ ਪਹਿਲੇ ਹੀ ਕਹਿ ਦੇਦਾ ਆਪਾਂ ਕਿ ਨਹੀਂ ਨਹੀਂ ਬਲੀਚਿੰਗ ਕੀਤੀ ਹੋਈ ਆ ਬਈ ਬਟਨਾ ਬਾਅਦ ਦੇ ਵਿੱਚ ਲਾ ਲਵਾਂਗੇ ਕੋਈ ਗੱਲ ਨਹੀਂ ਬਾਵਾ ਤੇ ਜਸਟ ਬਟਨੇ ਦੀ ਰਸਮ ਹੁੰਦੀ ਆ ਫਲਕਾਰੀ ਲੈ ਲਈ ਜਾਂਦੀ ਆ ਚੌਂ ਖੁੰਜਿਆਂ ਤੋਂ ਮਟਿਆਰਾਂ ਫਲਕਾਰੀ ਫੜ ਲੈਂਦੀਆਂ ਸਾਰੇ ਰਿਸ਼ਤੇਦਾਰ ਆਉਂਦੇ ਇਦਾਂ ਉਂਗਲੀ ਲਾਈ ਜਾਂਦੇ ਫੋਟੋਆਂ ਹੋਈ ਜਾਂਦੀਆਂ ਉਂਗਲੀ ਲਾਈ ਜਾਂਦੇ ਫੋਟੋਆਂ ਹੋਈ ਜਾਂਦੀਆਂ ਭਟਨੇ ਦੀ ਰਸਮ ਹੋ ਜਾਂਦੀ ਹੈ ਚੰਗੀ ਤਰ੍ਹਾਂ ਮਾਲਿਸ਼ ਨਹੀਂ ਕੀਤੀ ਜਾਂਦੀ ਗੋਰੇ ਹੋਣ ਦੇ ਲਈ ਰਸਮ ਬਹੁਤ ਨੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਜਦੋਂ ਵਿਆਹ ਧਰਿਆ ਜਾਂਦਾ ਸੀ ਉਸ ਤੋਂ ਪਹਿਲਾਂ ਜਿੱਦਾਂ ਵਾਰ ਟੋਲਣ ਦੀ ਰਸਮ ਹੋਣੀ ਮੇਚਾ ਭੇਜਣ ਦੀ ਹੋਣੀ ਉਸ ਤੋਂ ਬਾਅਦ ਸਾਹੇ ਚਿੱਠੀ ਦੀ ਰਸਮ ਹੋਣੀ ਨਾਲ ਮੌਲੀ ਬੰਨੀ ਹੋਣੀ ਗੋਗਲੇ ਭੇਜਣੇ ਗੰਡਾਂ ਦੇਣੀਆਂ ਕਿ ਜੇ ਇੰਨੀਆਂ ਗੰਡਾਂ ਆ ਤਾਂ ਆ ਖਬਰ ਆਈ ਆ ਇੰਨੀਆਂ ਗੰਡਾਂ ਖਬਰ ਆਈ ਆ ਜਦੋਂ ਲੋਕ ਇੰਨਾ ਨਹੀਂ ਸੀ ਪੜਦੇ ਹੁੰਦੇ ਸੱਤ ਗੰਡਾਂ ਦਾ ਮਤਲਬ ਹੁੰਦਾ ਸੀ ਕਿ ਵਿਆਹ ਹੋਣਾ ਜਦੋਂ ਤੋ ਦਾਲਾਂ ਚੁਗੀਆਂ ਜਾਂਦੀਆਂ ਸੀ ਸੱਤ ਸੁਹਾਗਣਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ ਸੱਤ ਸੁਹਾਗਣਾ ਹੱਥ ਲਾਉਣ ਦੀ ਰਸਮ ਕਰਦੀਆਂ ਸੀ ਜਿੱਦਾਂ ਜੇ ਚੱਕੀ ਆ ਪਹਿਲਾਂ ਖੁਦ ਦਾਣੇ ਪੀ ਕੇ ਆਟਾ ਕੱਢਿਆ ਜਾਂਦਾ ਸੀ ਸੋ ਜਨੇਤ ਨੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਸੀ ਕੁੜੀ ਵਾਲਿਆਂ ਨੂੰ ਤੇ ਮੁੰਡੇ ਵਾਲੇ ਆਪਣੇ ਘਰ ਵੀ ਨਿਉਂਦਾ ਦਿੰਦੇ ਹੁੰਦੇ ਸੀ ਇਸੇ ਲਈ ਜਦੋਂ ਚੱਕੀ ਨੂੰ ਕਰਨਾ ਸ਼ੁਰੂ ਆਟਾ ਪੀਣ ਦੇ ਲਈ ਦਾਣੇ ਪੀਣ ਦੇ ਲਈ 7 ਸਹਹਗਣਾ ਨੇ ਆਉਣਾ ਉਹਨਾਂ ਨੂੰ ਹੱਥ ਲਾਉਣਾ ਕੱਚੀ ਲੱਸੀ ਦਾ ਕਈ ਲੋਕ ਛਿੱਟਾ ਵੀ ਦੇ ਦਿੰਦੇ ਸੀ ਸੋ ਆਟਾ ਪੀਣ ਦੀ ਰਸਮ ਹੋ ਜਾਣੀ ਐਦਾਂ ਹੀ ਦਾਲਾ ਚੁਗਣ ਦੀ ਰਸਮ ਹੁੰਦੀ ਸੀ ਲੌਜੀਕ ਇਹ ਵੀ ਮੰਨਿਆ ਜਾਂਦਾ ਕਿ ਸਬਜੀ ਇੰਨੀ ਕੌਣ ਕੱਟੇਗਾ ਸੋ ਦਾਲਾਂ ਜਿਹੜੀਆਂ ਨੇ ਸੌਖਾ ਕੰਮ ਕਰ ਦਿੰਦੀਆਂ ਧਾਲ ਬਣਾ ਲਈ ਜਾਂਦੀ ਹੈ ਆਪਾਂ ਆਪਣੇ ਘਰੇ ਵੀ ਦੇਖਦੇ ਹੁੰਨੇ ਆ ਰਸਮਾਂ ਜਿੰਨੀਆਂ ਵੀ ਨੇ ਵਿਆਹਾਂ ਦੀਆਂ ਸਾਰੀਆਂ ਨਾਈ ਕਰਦੇ ਸੀ ਲਾਗੀ ਕਰਦੇ ਸੀ ਨਾਈ ਨੂੰ ਹੀ ਲਾਗੀ ਕਿਹਾ ਜਾਂਦਾ ਲਾਗੀ ਨੂੰ ਹੀ ਨਾਈ ਕਿਹਾ ਜਾਂਦਾ ਲਾਗੀ ਜਿਹੜਾ ਹੈ ਉਹ ਆਉਂਦਾ ਲਾਗ ਬਹੁਤ ਜ਼ਰੂਰੀ ਹੁੰਦਾ ਹੈ ਤੂੰ ਨੱਚ ਤੂੰ ਨੱਚ ਮੁੰਡੇ ਦੀ ਮੰਮੀ ਲਾਗੀਆਂ ਦਾ ਲਾਗ ਲਵਾਉਂਦੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਮੰਮੀ ਲਾਗੀਆਂ ਦਾ ਲਾਗ ਲੜਾਉਂਦੇ ਜੀ ਤੇਰੇ ਕੋਲ ਪੈਸਾ ਹੈ ਨਹੀਂ ਸੁਤਣ ਦੀ ਵੇਲ ਕਰਾਂ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਸੁਤਣ ਦੀ ਵੇਲ ਕਰਾਂ ਦੇ ਬਜ਼ੁਰਗ ਕਹਿੰਦੇ ਆ ਕਿ ਬਾਕੀ ਦੁਨੀਆ ਇੱਕ ਪਾਸੇ ਲਾਗੀ ਇੱਕ ਪਾਸੇ ਲਾਗੀ ਨੂੰ ਮੂਹ ਮੰਗਿਆ ਸ਼ਗਨ ਦੇ ਦੇਣਾ ਚੰਗਾ ਹੁੰਦਾ ਔਰ ਦੂਜੇ ਪਾਸੇ ਲਾਗੀ ਨੇ ਪੂਰੇ ਪਿੰਡ ਚ ਜਾ ਕੇ ਦੱਸਣਾ ਹੁੰਦਾ ਕਿ ਫਲਾਨਾ ਘਰ ਕਿਦਾਂ ਦਾ ਉਹ ਕਿੰਨਾ ਸ਼ਗਨ ਦਿੰਦੇ ਆ ਉਹ ਕੰਜੂਸ ਨੇ ਕਿ ਨਹੀਂ ਕੰਜੂਸ ਖੁੱਲੇ ਦਿਲ ਵਾਲੇ ਨੇ ਲਾਗੀਆਂ ਦੇ ਲਾਗ ਬੜੇ ਜ਼ਰੂਰੀ ਹਰੇਕ ਸ਼ਗਨ ਲਾਗੀ ਨੂੰ ਪਤਾ ਹੁੰਦਾ ਸ਼ਾਇਦ ਉਹਨਾਂ ਦਾ ਕੀਤਾ ਹੀ ਇਹ ਹੋਇਆ ਕਰਦਾ ਸੀ ਕਿ ਉਹਨਾਂ ਨੂੰ ਨਿੱਕੀ ਨਿੱਕੀ ਗੱਲ ਪਤਾ ਕਿਹੜੀ ਚੀਜ਼ ਕਿੱਦਾਂ ਕਰਨੀ ਕਿਹੜੀ ਚੀਜ਼ ਕਿੱਦਾਂ ਕਰਨੀ ਹੁਣ ਲਾਗੀ ਲਾਗਣ ਆਉਂਦੇ ਆ ਵਿਆਹ ਦੇ ਉੱਤੇ ਪਰ ਸ਼ਗਨ ਸਾਰੇ ਫੋਟੋਗ੍ਰਾਫਰਸ ਅਤੇ ਵੀਡੀਓਗ੍ਰਾਫਰਸ ਨੂੰ ਪਤਾ ਨੇ ਸੋ ਮੈਕਸਿਮਮ ਸ਼ਗਨਤਾ ਵੀਡੀਓਗ੍ਰਾਫਰ ਕਰਾ ਦਿੰਦੇ ਨੇ ਮੈਂ ਗੱਲ ਕੀਤੀ ਸੀ ਕਿ ਨਿੰਦਾ ਦੇਣ ਵੀ ਲੱਗੇ ਜਾਂਦੇ ਹੁੰਦੇ ਸੀ ਕੱਲੇ ਕੱਲੇ ਘਰ ਕਹਿਣਾ ਚੁੱਲ੍ਹੇ ਨਿੰਦਾ ਚੁੱਲ੍ਹੇ ਨਿੰਦਾ ਚੁੱਲ੍ਹੇ ਨਿੰਦਾ ਸੋ ਮਤਲਬ ਤੁਸੀਂ ਆਪਣਾ ਚੁੱਲਾ ਨਹੀਂ ਬਾਲਣਾ ਨੀਂਦਾ ਸਾਡੇ ਘਰਿਆਂ ਨੀਂਦਾ ਹੁੰਦਾ ਇਨਵਿਟੇਸ਼ਨ ਫੂਡ ਦੇ ਲਈ ਬਿਲਕੁਲ ਔਰ ਜਦੋਂ ਇੰਨਾ ਵੀ ਮੈਨੂੰ ਚੇਤੇ ਆ ਕਿ ਜਦੋਂ ਹਨਾ ਅਸੀਂ ਵੀ ਨਿੱਕੇ ਨਿੱਕੇ ਹੁੰਦੇ ਸੀਗੇ ਤੇ ਜੇ ਕਿਸੇ ਪਿੰਡ ਦੇ ਵਿੱਚ ਚੁੱਲੇ ਨੀਂਦਾ ਹੋਣਾ ਚੋਈ ਚੜ ਜਾਣਾ ਕਿ ਦੋ ਦਿਨ ਰਾਤ ਨੂੰ ਰੋਟੀ ਉਹਨਾਂ ਕਿ ਖਾੜੀ ਹੁਣ ਇਦਾਂ ਹੁੰਦਾ ਨਾ ਕਿ ਕਿਸੇ ਵੀ ਫੰਕਸ਼ਨ ਦੇ ਉੱਤੇ ਲਾਂਚ ਜਾਂ ਡਿਨਰ ਹੁੰਦਾ ਪਰ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਅੱਗੇ ਤਿੰਨ ਦਿਨ ਲਗਾਤਾਰ ਕਿਸੇ ਦੇ ਘਰ ਨੀਂਦਾ ਖਾ ਕੀ ਇੰਨਾ ਖਰਚਾ ਨਹੀਂ ਹੁੰਦਾ ਸੀ ਮੈਨੂੰ ਤਾਂ ਇਹ ਵੀ ਯਾਦ ਹੈ ਕਿ ਹੱਲੇ ਵੀ ਕਈ ਪਿੰਡਾਂ 'ਚ ਚਲੋਏ ਰਵਾਇਤ ਹੈ ਕਿ ਆਗੇ ਕਿ ਤਿੰਨ ਦਿਨ ਜਿੰਨੇ ਦਿਨ ਵਿਆਹ ਚੱਲਣਾ ਜਾਂ ਚਾਰ ਤਿੰਨ ਸ਼ਾਮ ਨੂੰ ਲੰਗਰ ਪਾਣੀ ਉਤਰੇ ਹੀ ਚੱਲਣਾ ਚੁੱਲੇ ਨੇਂਦੇ ਦਾ ਰਵਾਜ਼ ਬੇਸ਼ੱਕ ਘਟਣ ਲੱਗ ਗਿਆ ਪਰ ਚੁੱਲੇ ਨੇਂਦਾ ਹੋਵੇ ਜਾਂ ਹੋਰ ਰਸਮਾਂ ਹੋਣ ਵਿਆਹ ਦੀਆਂ ਜੋ ਜੁੜੀਆਂ ਹੋਈਆਂ ਨੇ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਆਪਸੀ ਭਾਈਚਾਰਕ ਸਾਂਝ ਦਾ ਵੀ ਸੰਕੇਤ ਨੇ ਇਹ ਸਾਨੂੰ ਇਕੱਠਿਆਂ ਕਿਦਾਂ ਜ਼ਿੰਦਗੀ ਜੀਉਣੀ ਹੈ ਇਕੱਠੇ ਕਿਦਾਂ ਇੱਕ ਦੂਜੇ ਦੇ ਨਾਲ ਚੱਲਣਾ ਇਹ ਸਾਰਾ ਕੁਝ ਸੁਖੋਂ ਦੀਆਂ ਨੇ ਕਿ ਕਿ ਵਿਆਪਾ ਇੱਕ ਦੂਸਰੇ ਦੇ ਨਾਲ ਰਹਿ ਸਕਦੇ ਆ ਜ਼ਿੰਦਗੀ ਕੱਟ ਸਕਦੇ ਆ ਕੋਈ ਵੀ ਕੰਮ ਕਰਨ ਦੇ ਲਈ ਇੱਕ ਦੂਸਰੇ ਦਾ ਹੋਣਾ ਕਿੰਨਾ ਜ਼ਰੂਰੀ ਹੈ ਕਈ ਵਾਰ ਲੋਕ ਕਹਿ ਦਿੰਦੇ ਨਾ ਰਸਮਾਂ ਰਿਵਾਜਾਂ ਦੀ ਕੀ ਜ਼ਰੂਰਤ ਹੈ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਭਾਇਚਾਰਕ ਸਾਂਝ ਇਹਨਾਂ ਰਸਮਾਂ ਰਿਵਾਜਾਂ ਦੇ ਵਿੱਚ ਜੁੜੀ ਹੁੰਦੀ ਹੈ ਦੂਸਰਾ ਸਾਨੂੰ ਕਿਤੇ ਨਾ ਕਿਤੇ ਡਰ ਲੱਗਦਾ ਆਹ ਚੀਜ਼ ਨਾ ਕੀਤੀ ਇਦਾਂ ਨੁਕਸਾਨ ਨਾ ਹੋ ਜਵੇ ਆਹ ਚੀਜ਼ ਨਾ ਕੀਤੀ ਤਾਂ ਨੁਕਸਾਨ ਨਾ ਹੋ ਜਵੇ ਕੁਝ ਚੀਜ਼ਾਂ ਬਹਿਮ ਨੇ ਵੀ ਹਿੱਸਾ ਲੈ ਲਈਆਂ ਜਿੱਦਾਂ ਕੁਝ ਲੌਜੀਕਲੀ ਰਸਮਾਂ ਹੁੰਦੀਆਂ ਸਿਗੀਆਂ ਹਨਾ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਬਦਲ ਦਿੱਤਾ ਗਿਆ ਰਿਵਾਜ ਦੇ ਜ਼ਰੀਏ ਉਸ ਟਾਈਮ ਦੀ ਉਹ ਲੋੜ ਹੁੰਦੀਆਂ ਸੀਗੀਆਂ ਰਸਮਾਂ ਹੁਣ ਬਣ ਗਈ ਹੈ ਰਿਵਾਜ ਜਿੱਦਾਂ ਉਦਾਹਰਨ ਦੇ ਤੌਰ ਤੇ ਜਦੋਂ ਆਪਾਂ ਜਾਗੋ ਕੱਢਦੇ ਆਂ ਪੁਰਾਣੇ ਸਮਿਆਂ ਦੇ ਵਿੱਚ ਲਾਈਟਰ ਨਹੀਂ ਸੀ ਹੁੰਦੀ ਦੀਵੇ ਲੱਗੇ ਹੁੰਦੇ ਸੀ ਦੀਵਿਆਂ ਦੇ ਜ਼ਰੀਏ ਗਲੀ ਦੇ ਵਿੱਚ ਰੋਸ਼ਨਾਈ ਕਰਕੇ ਆਪਾਂ ਜਾਂਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਜਿੱਦਾਂ ਜੰਗਲ ਏਰੀਆ ਜ਼ਿਆਦਾ ਹੁੰਦਾ ਸੀ ਘਰ ਘੱਟ ਹੁੰਦੇ ਸੀ ਕੁੜੀਆਂ ਭੀੜੀਆਂ ਕਈ ਗਲੀਆਂ ਹੋਣੀਆਂ ਜਾਂ ਖੁੱਲੇ ਖੁੱਲੇ ਖੇਤਾਂ ਦੇ ਵਿੱਚੋਂ ਇੱਕ ਤੋਂ ਦੂਜੇ ਘਰ ਜਾਗੋ ਲੈ ਕੇ ਜਾਣੇ ਤੇ ਰਸਤੇ ਦੇ ਵਿੱਚ ਜਾਨਵਰਾਂ ਤੋਂ ਆਵਾਰਾ ਕੁੱਤਿਆਂ ਤੋਂ ਪਸ਼ੂਆਂ ਤੋਂ ਹੱਥ ਦੇ ਵਿੱਚ ਡਾਂਗ ਹੋਣੀ ਜ਼ਰੂਰੀ ਸੀ ਜੋ ਜਾਗੋ ਦਾ ਬੰਬੀਹਾ ਬਣ ਗਿਆ ਤੇ ਮੁੜ ਕੇ ਉਸ ਡਾਂਗ ਨੂੰ ਜਿੱਦਾਂ ਤਾਲ ਦੇ ਲਈ ਵਰਤਿਆ ਜਾਣ ਲੱਗਾ ਇਦਾਂ ਹੀ ਰਿਵਾਜ ਨੇ ਰਸਮਾਂ ਨੇ ਜਿਹੜੀਆਂ ਕਾੜ ਦੇ ਹਿਸਾਬ ਦੇ ਨਾਲ ਬਣੀਆਂ ਗਈਆਂ ਹੁਣ ਬੂਏ ਤੇ ਤੇਲ ਚੋਣਾ ਬਹੁਤ ਵੱਡੀ ਰਸਮ ਆਪਣੇ ਘਰਾਂ ਚ ਕੋਈ ਵੀ ਸ਼ਗਨ ਹੁੰਦਾ ਆਪਾਂ ਤੇਲ ਜ਼ਰੂਰ ਚੋਂਦੇ ਆ ਆਪਾਂ ਚੋਂਦੇ ਵੀ ਸਰੋਂ ਦਾ ਹੀ ਤੇਲਾਂ ਕਦੇ ਸੋਚਿਆ ਕਿ ਇਸ ਦੇ ਵਿੱਚ ਇਹ ਕਾਰਨ ਕੀ ਹੋ ਸਕਦਾ ਕਾਰਨ ਇਹ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਬੂਏ ਜਿਹੜੇ ਹਨ ਚੀਕਦੇ ਬੜੇ ਹੁੰਦੇ ਸੀ ਚੈਂ ਚੈਂ ਦੀ ਆਵਾਜ਼ ਆਉਣੀ ਸੋ ਪੁਰਾਣੇ ਆਉਣ ਤੋਂ ਪਹਿਲਾਂ ਪਹਿਲਾਂ ਕਹਿਣਾ ਕਿ ਬੂਆ ਨੂੰ ਤੇਲ ਦੇ ਲਓ ਤਾਂ ਜੋ ਉਦੋਂ ਆਵਾਜ਼ ਨਾ ਕਰਨ ਸੋ ਉਹ ਬੂਆਂ ਨੂੰ ਤੇਲ ਦਿੱਤਾ ਜਾਣ ਲੱਗਾ ਜੋ ਹੌਲੀ ਹੌਲੀ ਰਸਮ ਬਣ ਗਈ ਵਿਆਹ ਦਾ ਇਹ ਕਰਵਾਜ ਬਣ ਗਿਆ ਪੁਰਾਣੇ ਸਮਿਆਂ 'ਚ ਜਦੋਂ ਵਿਆਹ ਹੁੰਦਾ ਸੀ ਗੌਣ ਦਾ ਜਿਹੜਾ ਬਿਠਾਉਣ ਦਾ ਰਿਵਾਜ ਆ ਨਾ ਉਹ ਬੜਾ ਜ਼ਰੂਰੀ ਹੁੰਦਾ ਸੀ ਅਸਲ 'ਚ ਗੌਣ ਬਿਠਾਉਣਾ ਚਲੋ ਬੀਬੀਆਂ ਇਕੱਠੀਆਂ ਹੋ ਕੇ ਗੱਲਾਂ ਲੈਂਦੀਆਂ ਮਨੋਰੰਜਨ ਦੇ ਕੋਈ ਸਾਧਨ ਨਹੀਂ ਹੁੰਦੇ ਸੀਗੇ ਆਪ ਹੀ ਗੌਣਾ ਤਾਂ ਹੀ ਸਾਰਿਆਂ ਨੂੰ ਮੂੰਹ ਜਵਾਨੀ ਗੀਤ ਵੀ ਯਾਦ ਹੁੰਦੇ ਸੀ ਲਿਖਣਾ ਤਾਂ ਆਉਂਦਾ ਨਹੀਂ ਸੀਗਾ ਬੋਲਣਾ ਮਤਲਬ ਚੰਗੀ ਤਰ੍ਹਾਂ ਆਉਂਦਾ ਸੀ ਚੰਗੀ ਤਰ੍ਹਾਂ ਭਾਸ਼ਾ ਤੇ ਪਕੜ ਸੀ ਸੋ ਗੀਤ ਚਿੱਤੇ ਕਰੀ ਜਾਣੇ ਸਾਰੇ ਸੁਹਾਗ ਘੋੜੀਆਂ ਚਿੱਤੇ ਹੋਣੇ ਔਰ ਕੱਲੇ ਸੁਹਾਗ ਘੋੜੀਆਂ ਨਹੀਂ ਜੇ ਬਟਨਾ ਲਾਉਣਾ ਉਸ ਵੇਲੇ ਕਿਹੜੇ ਗੀਤ ਹੁੰਦੇ ਆ ਜੇ ਮਾਈਆਂ ਲਾਉਣ ਤੋਂ ਬਾਅਦ ਜਾਗੋ ਕੱਢਣੀਆਂ ਉਦੋਂ ਕਿਹੜੇ ਗੀਤ ਹੁੰਦੇ ਆ ਸੁਰਮਾ ਪਾਉਣਾ ਉਦੋਂ ਵੱਖਰੇ ਗੀਤ ਹੁੰਦੇ ਆ ਹਨਾ ਕੁੜੀ ਦੇ ਚੂੜਾ ਚਾੜਨਾ ਉਦੋਂ ਹੋਰ ਗੀਤ ਹੁੰਦੇ ਆ ਸੋ ਹਰੇਕ ਚੀਜ਼ ਦੇ ਨਾਲ ਵਿਆਹ ਦੀ ਹਰੇਕ ਰਸਮ ਦੇ ਨਾਲ ਬਹੁਤ ਸਾਰੇ ਗੀਤ ਪੁਰਾਣੇ ਸਮੇਂ ਦੇ ਵਿੱਚ ਗਾਏ ਜਾਂਦੇ ਸੀ ਚੂੜੇ ਚੜਨ ਦੀ ਰਸਮ ਦੀ ਗੱਲ ਕੀਤੀ ਆ ਤੇ ਅੱਗੇ ਤਾਂ ਮਾਮਾ ਚੂੜਾ ਲੈ ਕੇ ਆਉਂਦਾ ਹੁੰਦਾ ਸੀ ਸ਼ੁਭ ਮੰਨਿਆ ਜਾਂਦਾ ਕਿ ਮਾਮਾ ਕੁੜੀ ਦੇ ਵਿਆਹ ਤੇ ਚੂੜਾ ਲੈ ਕੇ ਆਵੇ ਔਰ ਅੱਜ ਕੱਲ ਤਾਂ ਏਦਾਂ ਹੁੰਦਾ ਨਾ ਕਿ ਆਪ ਆਪਣੀ ਪਸੰਦ ਦਾ ਚੂੜਾ ਲੈ ਲੇਦਾ ਆ ਕੋਈ ਵੀ ਆਪਣੀ ਪਸੰਦ ਦੀ ਲੜਕੀ ਚੂੜਾ ਲੈ ਲੈਂਦੀ ਆ ਤੇ ਬਾਅਦ ਵਿੱਚ ਪੇਮੈਂਟ ਜਿਹੜੀ ਆ ਨਾਨਕਿਆ ਵੱਲੋਂ ਕਰ ਦਿੱਤੀ ਜਾਂਦੀ ਹੈ ਕੱਚੀ ਲੱਸੀ ਦੇ ਵਿੱਚ ਭਿਓ ਕੇ ਚੂੜਾ ਪਾਇਆ ਜਾਂਦਾ ਹੈ ਤਾਂ ਜੋ ਉਸ ਨੂੰ ਸ਼ੁੱਧ ਕੀਤਾ ਜਾ ਸਕੇ ਅਸਲ ਦੇ ਵਿੱਚ ਦੁੱਧ ਨੂੰ ਤੇਰਵਾਂ ਰਤਨ ਕਿਹਾ ਜਾਂਦਾ ਤੇ ਪਾਣੀ ਵੀ ਦੇਵਤਾ ਨੇ ਸ਼ੁੱਧ ਨੇ ਦੋਨੋਂ ਸੋਚੇ ਤੇ ਸੱਚੇ ਨੇ ਇਸੇ ਲਈ ਉਹਨਾਂ ਦਾ ਮਿਕਸਚਰਨ ਕੱਚੀ ਲੱਸੀ ਨੂੰ ਕਿਹਾ ਜਾਂਦਾ ਹੈ ਕਿ ਕੋਈ ਵੀ ਬੁਰੀ ਆਤਮਾ ਕੋਈ ਵੀ ਬੁਰੀ ਚੀਜ਼ ਨਹੀਂ ਰਹਿੰਦੀ ਜਦੋਂ ਆਪਾਂ ਕੱਚੀ ਲੱਸੀ ਦਾ ਛਿੱਟਾ ਦੇ ਦਿੰਦੇ ਹਾਂ ਇਹ ਮੰਨਤਾ ਹੈ ਸਾਡੇ ਪੰਜਾਬੀ ਸੱਭਿਆਚਾਰ ਦੀ ਸੋ ਚੂੜੇ ਨੂੰ ਵੀ ਪੂਰਾ ਸੁੱਚਾ ਕਰਕੇ ਪਾਇਆ ਜਾਂਦਾ ਹੈ ਅੰਬੇ ਅੰਬੇ ਮੇਰੇ ਸੱਤ ਭਰਾ ਮੰਗੇ ਮੇਰਾ ਇੱਕ ਭਰਾ ਕੁਵਾਰਾ ਉਹ ਕੌਡੀ ਖੇਡਣ ਵਾਲਾ ਉਹ ਕੌਡੀ ਕਿੱਥੇ ਖੇਡੇ ਲਾਹੌਰ ਸ਼ਹਿਰ ਖੇਡੇ ਲਾਹੌਰ ਸ਼ਹਿਰ ਉੱਚਾ ਮੇਰੀ ਭਾਬੋ ਦਾ ਲਾਲ ਚੂੜਾ ਸੁੱਚਾ ਇਸ ਲੋਹੜੀ ਦੇ ਗੀਤ ਚ ਵੀ ਸੁੱਚੇ ਲਾਲ ਚੂੜੇ ਦੀ ਗੱਲ ਹੁੰਦੀ ਹੈ ਮਾਮੇ ਤਾਂ मामी ਤੋਂ ਬਿਨਾ ਵਿਆਹ ਦੀਆਂ ਰਸਮਾਂ ਬਹੁਤ ਅਧੂਰੀਆਂ ਨੇ ਖਾਸ ਤੌਰ ਤੇ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਔਰਤਾਂ ਹੁੰਦੀਆਂ ਨੇ ਆਪਣੇ ਪੇਕੇਆਂ ਦੀ ਵਡਿਆਈ ਦੇ ਲਈ ਕਿ ਮੇਰੇ ਪੇਕੇ ਕਿੰਨੇ ਅਮੀਰ ਨੇ ਸਾਡੇ ਕੋਲ ਕੀ ਕੁਝ ਹੈ ਮੈਂ ਕਿੰਨੇ ਚੰਗੇ ਖਾਨਦਾਨ ਦੀ ਹਾਂ ਕਿੰਨੇ ਚੰਗੇ ਘਰੋਂ ਹਾਂ मामੇ मामੀ ਨੂੰ ਲੈ ਕੇ ਬਹੁਤ ਸਾਰੀਆਂ ਬੋਲੀਆਂ ਬਹੁਤ ਸਾਰੀਆਂ ਚੀਜ਼ਾਂ ਤਾਂ ਹੀ ਨਾਨਕੀ ਸ਼ੱਕ ਦੇ ਵਿੱਚ ਹੁੰਦੀਆਂ ਨੇ ਔਰ ਨਾਨਕੀ ਸ਼ੱਕ ਦੀ ਰਸਮ ਤਾਂ ਵਿਆਹ ਦੀ ਅਹਿਮ ਰਸਮ ਹੈ ਨਾਨਕੇ ਵਿਆਨਦੜ ਦੇ ਲਈ ਸਵਾਨ ਲੈ ਕੇ ਆਉਂਦੇ ਨੇ ਪੌਣ ਦਾ ਨਾਲ ਦੇ ਨਾਲ ਸ਼ਿੰਗਾਰ ਦਾ ਕਿੰਨੀਆਂ ਸਾਰੀਆਂ ਚੀਜ਼ਾਂ ਕੋਈ ਲੁਕਸੂ ਨਾ ਪਾਉਂਦੇ ਨੇ ਆਪਣੀ ਆਪਣੀ ਜੇਬ ਦੇ ਹਿਸਾਬ ਦੇ ਨਾਲ ਵਿਆਹਦੜ ਦੇ ਲਈ ਨਾਨਕੀ ਸ਼ਾਕ ਤਿਆਰ ਹੁੰਦਾ ਆ ਔਰ ਨਾਨਕੀਆਂ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਸਾਰੇ ਪੁਰਾਣੇ ਸਮੇਂ ਦੇ ਵਿੱਚ ਰੱਜ ਕੇ ਭਾਜੀ ਦਿੱਤੀ ਜਾਂਦੀ ਸੀ ਰੱਜ ਕੇ ਲੱਡੂ ਦਿੱਤੇ ਜਾਂਦੇ ਸੀ ਲੈ ਕੇ ਆਈ ਛੱਕਣੀ ਮੇਲਣੇ ਦੇ ਲੱਡੂਆਂ ਦਾ ਹੱਕ ਨਹੀਂ ਮੇਲਣੇ ਮੇਰੇ ਬਰੋਬਰ ਨੱਚਣੀ ਮੇਲਣੇ ਕਿਹਾ ਜਾਂਦਾ ਹੈ ਕਿ ਜਦੋਂ ਨਾਨਕੀਆਂ ਨੂੰ ਵੀ ਵਿਆਹ ਦਾ ਸੰਦੇਸ਼ ਭੇਜਿਆ ਜਾਂਦਾ ਸੀ ਇਹ ਇੱਕ ਰਸਮ ਸੀ ਬੜੇ ਬਣ ਠਣ ਕੇ ਕੁੜੀ ਆਪਣੇ ਪੇਕਿਆਂ ਨੂੰ ਆਪਣੇ ਬੱਚੇ ਦੀ ਵਿਆਹ ਦੀ ਖਬਰ ਦੇਣ ਜਾਂਦੀ ਸੀ ਬਾਵਾ ਸਾਰੇ ਲੱਡੂ ਭੇਜੇ ਜਾਣੇ ਤਾਂ ਫਿਰ ਬਾਕੀਆਂ ਨੇ ਮਜ਼ਾਕ ਕਰਨਾ ਲੱਡੂਆਂ ਦਾ ਹੱਕ ਉਦੋਂ ਹੀ ਪੂਰਾ ਹੋਣਾ ਜਦੋਂ ਨਾਨਕੇ ਬਰੋਬਰ ਨੱਚ ਕੇ ਦਿਖਾ ਦੇਣਗੇ ਹੁਣ ਤਾਂ ਦਾਜ ਦਾ ਜ਼ਮਾਨਾ ਬਿਲਕੁਲ ਨਹੀਂ ਲਿਆ ਪਰ ਪੁਰਾਣੇ ਸਮਾਜ ਦੇ ਵਿੱਚ ਜਦੋਂ ਦਾਜ ਦਿੱਤਾ ਜਾਂਦਾ ਸੀ ਕੁੜੀ ਨੂੰ ਸੰਦੂਕ ਜਾਂ ਪੇਟੀ ਖੋਲਣ ਦੀ ਰਸਮ ਵਿਆਹ ਤੋਂ ਬਾਅਦ ਜ਼ਰੂਰ ਕੀਤੀ ਜਾਂਦੀ ਸੀ ਇਹ ਵੀ ਇੱਕ ਅਹਿਮ ਰਸਮ ਮੰਨੀ ਜਾਂਦੀ ਸੀ ਵੱਖਰੇ ਵੱਖਰੇ ਕਲਚਰ ਸਤਨ ਕਿਸੇ ਇਲਾਕੇ ਦਾ ਕੋਈ ਕਿਸੇ ਇਲਾਕੇ ਦਾ ਕੋਈ ਕਲਚਰ ਉਦਾਹਰਣ ਦੇ ਤੌਰ ਤੇ ਹੁਣ ਕਈ ਸੰਦੂਕ ਦਿੰਦੇ ਸੀ ਫਿਰ ਹੌਲੀ ਹੌਲੀ ਪੇਟੀਆਂ ਨੇ ਜਗ੍ਹਾ ਲੈ ਲਈ ਕਈ ਪਿੰਡ ਦੀਆਂ ਬੁੜੀਆਂ ਇਕੱਠੀਆਂ ਪੂਰੀਆਂ ਹੋ ਜਾਣੀਆਂ ਫਿਰ ਪੇਟੀ ਖੋਲਣੀ ਕਈਆਂ ਦੇ ਪੇ ਕਿਉਂ ਵੀ ਕਿੰਨੇ ਸਾਰੇ ਲੋਕ ਆਉਣੇ ਫਿਰ ਪੇਟੀ ਖੋਲਣੀ ਫਿਰ ਸਾਰਾ ਦਿਖਾਉਣਾ ਕਿ ਕੁੜੀ ਦਾਜ ਦੇ ਵਿੱਚ ਕੀ ਕੀ ਲੈ ਕੇ ਆਈ ਜਾਂ ਔਰ ਇਸ ਰਸਮ ਦੇ ਦੌਰਾਨ ਇਹ ਵੀ ਦੇਖਿਆ ਜਾਂਦਾ ਸੀ ਕਿ ਉਸ ਕੁੜੀ ਨੇ ਕਢਾਈਆਂ ਆਪ ਕੱਢੀਆਂ ਆ ਕਿ ਉਸ ਕੁੜੀ ਨੇ ਦਰੀਆਂ ਆਪ ਬੁਣੀਆਂ ਆ ਉਹਨੂੰ ਤਲਾਈਆਂ ਨਗੰਧਣੀਆਂ ਆਉਂਦੀਆਂ ਆ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਪੇਟੀ ਖੋਲੀ ਜਾਂਦੀ ਸੀ ਉਦੋਂ ਦੇਖ ਲਿਆ ਜਾਂਦਾ ਸੀਗਾ ਕਿ ਕੁੜੀ ਨੇ ਮੋਰ ਘੁੱਗੀਆਂ ਬੂਟੇ ਕਿੰਨੇ ਕੁ ਸੋਹਣੇ ਤੇ ਕਿੰਨੀ ਕੁ ਮਿਹਨਤ ਦੇ ਨਾਲ ਪਾਏ ਹੋਏ ਆ ਪਰ ਜਿਹੜਾ ਪੰਜਾਬੀ ਸਮਾਜ ਆ ਪੰਜਾਬੀ ਸੱਭਿਆਚਾਰ ਆ ਇਹਦੇ ਵਿੱਚ ਦੁੱਧ ਪਾਣੀ ਅਨਾਜ ਅੱਗ ਦਾ ਬਹੁਤ ਮਹੱਤਵ ਆ ਅੱਗ ਜਿਹੜੀ ਰੌਸ਼ਨੀ ਦਾ ਪ੍ਰਤੀਕ ਆ ਪਾਣੀ ਨੂੰ ਆਪਾਂ ਦੇਵਤਾ ਮੰਨਦੇ ਆ ਪਵਿੱਤਰਤਾ ਦਾ ਪ੍ਰਤੀਕ ਆ ਦੁੱਧ ਆਪਣਾ ਤੇਰਵਾਂ ਰਤਨ ਆਪਾਂ ਉਸ ਨੂੰ ਕਹ ਦਿੰਦੇ ਆ ਅਨਾਜ ਨੂੰ ਆਪਾਂ ਸੁੱਚਾ ਮੰਨਦੇ ਆ ਹੁਣ ਜਾਗੋ ਦੇ ਉੱਤੇ ਜਿਹੜੇ ਦੀਵੇ ਲੱਗਦੇ ਆ ਉਹ ਆਟੇ ਦੇ ਲਾਉਣੇ ਸ਼ਗਨ ਮੰਨਿਆ ਜਾਂਦਾ ਕਿਉਂਕਿ ਅਨਾਜ ਸੁੱਚਮਤਾ ਦਾ ਪ੍ਰਤੀਕ ਹੁੰਦਾ ਪਰ ਨਾਲ ਦੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਜੇ ਕੰਬਿਆਰਾਂ ਤੋਂ بڑے ਬਣਾਏ ਦੀਵੇ ਖਰੀਦਣ ਜਾਂਦੇ ਤਾਂ ਉਹ ਮਹਿੰਗੇ ਵੀ ਬਹੁਤ ਪੈਂਦੇ ਸੀ ਸੋ ਆਟੇ ਦੇ ਦੀਵੇ ਬਣਾ ਲੈ ਜਾਂਦੇ ਸੀ ਹੁਣ ਮੈਨੂੰ ਵੀ ਜਾਣਾ ਪੈਣਾ ਪ੍ਰੋਗਰਾਮ ਵਿਰਾਸਤੀ ਪੜਾਣਾਂ ਦੇ ਵਿੱਚ ਅੱਜ ਦੇ ਲਈ ਇੰਨੇ ਹੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਵਿਆਹ ਦੀਆਂ ਰਸਮਾਂ ਦੇ ਨਾਲ ਜੁੜੀਆਂ ਹੋਈਆਂ ਬਰਨਕੌਰ ਮਾਨ ਨੂੰ ਦੇ ਦਿਓ ਤੁਸੀਂ ਆਗਿਆ ਤੇ ਹੁਣ ਸਾਸਤਰੀ ਅਕਾਲ ਜੀ